ਪੁੱਤ ਆਪਣੇ ਬਾਪੂ ਨੂੰ ਰੋਟੀ ਦੇ ਬੇਟਾ। ਆ ਗਈ ਬੇਬੇ। ਇਸ ਕੁੜੀ ਨੂੰ ਵੀ ਪਤਾ ਨੀ ਕਾਹਦੀ ਕਾਲੀ ਹੈ। ਬੇਬੇ ਜਦੋਂ ਇਹ ਆਪਣੇ ਸਹੁਰੇ ਘਰ ਚੱਲ ਗਈ ਨਾ, ਇਹਦੀ ਸੱਸ ਸਾਹਮਣੇ ਨੀ ਇਹਦੀਆਂ ਇਹ ਕਾਲੀਆਂ ਚੱਲਣੀਆਂ, ਫਿਰ ਪਤਾ ਲੱਗੂ ਇਹਨੂੰ। ਕੋਈ ਨਾ ਵੀਰੇ, ਜਦੋਂ ਚੱਲ ਗਈ ਨਾ ਸਹੁਰੇ, ਤੂੰ ਹੀ ਜ਼ਿਆਦਾ ਰੋਣਾ। ਸਤਿ ਸ਼੍ਰੀ ਅਕਾਲ ਬਾਪੂ ਜੀ। ਠੀਕ ਹੈ, ਮੈਂ ਚਲਦੀ ਹਾਂ। ਧਿਆਨ ਨਾ ਜਾਵੀਂ। ਠੀਕ ਹੈ। ਆ ਜਾ ਫੇ ਛੇਤੀ। ਆਈ ਰਾਣੀ ਆਈ। ਛੇਤੀ ਜਾ ਚਲ। ਮੈਂ ਕਿਹਾ ਜਨਾਬ ਕੀ ਹਾਲ ਹੈ, ਹੋ ਗਈਆਂ ਪੜ੍ਹਾਈਆਂ? ਪਤਾ ਨਹੀਂ ਇਹਨਾਂ ਨੂੰ ਜ਼ਰੂਰ ਕਾਹਦਾ, ਇੱਥੇ ਸਾਡੀ ਦਾਨ ਨਹੀਂ ਗੱਲ ਨਹੀਂ। ਆਪਾਂ ਦੇ ਲੋਕਾਂ ਦੀਆਂ ਜ਼ਿੰਦਗੀਆਂ ਗਾਲਤੀਆਂ। ਲੱਗਦਾ ਇਹਨਾਂ ਨੇ ਛਿੱਤਰ ਖਾਣੇ ਆ। ਚੁੱਪ ਕਰ ਪ੍ਰੀ ਤੂੰ। ਚਾਚੀ ਜੀ ਮੈਨੂੰ ਪਤਾ ਰਾਣੀ ਨੇ ਕਾਲਜ ਕਿਉਂ ਨੀ ਜਾਣਾ। ਚੁੱਪ ਕਰ ਪ੍ਰੀਤ। ਮੈਨੂੰ ਵੀ ਦੱਸੋ ਧੀਆ, ਹੋਇਆ ਕੀ ਹੈ? ਹੋਇਆ ਕੀ ਹੈ ਕੁੜੀਓ, ਤੁਹਾਨੂੰ ਮੈਂ ਕੁਛ ਨੀ ਸੁਣਨਾ, ਤੁਸੀਂ ਬਸ ਕਾਲਜ ਜਾਓ। ਠੀਕ ਹੈ ਬੇਬੇ, ਜਿਵੇਂ ਤੁਹਾਡੀ ਮਰਜ਼ੀ। ਪ੍ਰੀਤੂ ਬੈਠ, ਮੈਂ ਆਉਂਦੀ ਹਾਂ ਤਿਆਰ ਹੋ ਕੇ। ਕੀ ਫਾਇਦਾ ਯਾਰ ਤੇਰਾ 1.5 ਲੱਖ ਬੁਲਟ ਤੇ ਲਾਉਂਦਾ, ਜੇ ਕੋਈ ਕੁੜੀ ਪਿੱਛੇ ਨਾ ਬੈਠੀ। ਕੀ ਹੋਇਆ ਜੇ ਕੋਈ ਪਿੱਛੇ ਨਹੀਂ ਬਹਿੰਦੀ, ਬਿਠਾਏ ਬਿਨਾਂ ਅੱਜ ਮੈਂ ਵੀ ਨਹੀਂ ਜਾਂਦਾ। ਦੇਖੀ ਮੁੰਡਿਆ, ਬਹਿਜੋ ਜੀ, ਛੱਡ ਆਉਂਦੇ ਆ ਘਰ। ਚੁੱਪ ਕਰ, ਬਦਤਮੀਜ਼ ਨਾ ਹੋ। ਬਾਪੂ ਕੁਝ ਬੋਲਦੀ ਨਹੀਂ। ਪ੍ਰੀਤ ਪੁੱਤ ਤੂੰ ਦੱਸ, ਸਾਰੀ ਗੱਲ ਦੱਸ, ਹੋਈ ਕੀ ਆ? ਚਾਚਾ ਜੀ, ਕੁਝ ਦਿਨਾਂ ਤੋਂ ਨਾ ਰਾਣੀ ਨੂੰ ਨਾ ਕਾਲਜ ਤੋਂ ਬਾਅਦ ਮੁੰਡੇ ਛੇੜਦੇ ਪਏ ਸੀ। ਚੁੱਪ ਕਰ ਵੀਰੇ, ਅੱਜ ਤਾਂ ਉਹਨਾਂ ਨੇ ਹੱਥ ਦੀ ਕਰਦੀ ਉਹ ਰਾਣੀ ਨੂੰ ਆਪਣੀ ਬਾਈਕ ਦੇ ਪਿੱਛੇ ਬਿਠਾਉਣਾ ਚਾਹੁੰਦੇ ਸੀ, ਉਹ ਤੇ ਸ਼ੁਕਰ ਹੈ ਕਿ ਉਹ ਭੱਜ ਆਈ। ਪ੍ਰੀਤ ਉਹਨਾਂ ਨੂੰ ਜਾਣਦੀ ਆ? ਹਾਂਜੀ ਵੀਰ ਜੀ। ਚੱਲ ਮੇਰੇ ਨਾਲ, ਅੱਜ ਉਹਨਾਂ ਭੱਜੇ ਆਸ਼ਕਾਂ ਨੂੰ ਮੈਂ ਦੇਖ ਕੇ ਆਉਂਦਾ। ਤੂੰ ਪਾਗਲ ਹੋ ਗਿਆ, ਤੂੰ ਉਹਨਾਂ ਨੂੰ ਮਾਰ ਕੇ ਕੀ ਸਾਬਤ ਕਰੇਗਾ? ਇਹ ਸੋਚਿਆ ਉਸ ਤੋਂ ਬਾਅਦ ਸਾਡਾ ਕੀ ਬਣੂਗਾ? ਜੇ ਉਹ ਤੇਰੀ ਭੈਣ ਏ ਤਾਂ ਮੇਰੀ ਧੀ ਵੀ ਏ, ਜਿੰਨਾ ਦੁੱਖ ਤੈਨੂੰ ਏ ਓਨਾ ਮੈਨੂੰ ਵੀ ਹੈਗਾ। ਜੋ ਕੁਛ ਮਰਜ਼ੀ ਹੋ ਜਾਏ ਬਾਪੂ ਜੀ, ਮੈਂ ਕਾਲਜ ਨਹੀਂ ਜਾਣਾ ਤੇ ਨਹੀਂ ਜਾਣਾ ਬਸ। ਚੁੱਪ ਕਰ ਧੀਏ। ਧੀਏ ਤੂੰ ਕਾਲਜ ਜਾਵੇਂਗੀ, ਤੂੰ ਨਿਡਰ ਹੋ ਕੇ ਕਾਲਜ ਜਾਵੇਂਗੀ। ਜਦੋਂ ਤੱਕ ਤੇਰੇ ਅੰਦਰ ਖੁਦ ਹਿੰਮਤ ਨਹੀਂ ਹੋਵੇਗੀ, ਉਦੋਂ ਤੱਕ ਇਹ ਮੁੰਡੇ ਕੁੜੀਆਂ ਸੇਣ ਤੋਂ ਬਾਅਦ ਨਹੀਂ ਆ ਸਕਦੇ। ਤੈਨੂੰ ਕੱਲੀ ਨੂੰ ਨਹੀਂ, ਸਾਰੇ ਸਮਾਜ ਦੀਆਂ ਕੁੜੀਆਂ ਨੂੰ ਆਪ ਹਿੰਮਤ ਕਰਨੀ ਪੈਣੀ ਹੈ। ਤੁਹਾਨੂੰ ਆਪ ਮੁਕਾਬਲਾ ਕਰਨਾ ਪੈਣਾ ਇਹਨਾਂ ਲੋਫਰਾਂ ਨਾਲ। ਕਦੋਂ ਤੱਕ ਪਿਓ ਭਰਾ ਤੇਰੀ ਰੱਖ
ਰਾਖੀ ਲਈ ਜਾਂਦੇ ਰਹਿਣਗੇ। ਕੱਲ ਤੂੰ ਦੁਬਾਰਾ ਕੋਲੇ ਜਾਏਗੀ ਮੇਰੀ ਧੀਏ।